मन रे प्रभु की शरण बिचारो, जिस मृत गन काशी उदरी आको जसपुर धारो, पाटल पयो तू जाका सिमरन और निर्भय पद पाया, दुख हरता पित तू स्वामी, तै काहे मिसराया, महिमा नाम कहां ले बरनो, काच ग्राते चूटा, शरण बिचारो, जिस मृत गन काशी उदरी ताको जस उर थारो। सतगुरां दी साजी नवाजी गुरु प्यारी सतसंग दी आरती ने नावें पातशाह धन धन साहिब श्री गुरु तेग बहादुर पातशाह महाराज की रचना जथेदार दर्शक सिंह जी ਉਹਨਾਂ ਦੇ ਨਿਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜੋ ਮੁੱਖ ਵਾਕ ਆਇਆ ਉਹ ਮੁੱਖ ਵਾਕ ਆਪ ਜੀ ਨੇ ਗੁਰੂ ਕੀ ਬਾਣੀ ਰਾਹੀਂ ਕੀਰਤਨ ਰਾਹੀਂ ਸਰਵਣ ਕੀਤਾ। ਗੁਰੂ ਸਾਹਿਬ ਜੀ ਦਾ ਮੁੱਖ ਵਾਕ ਆਇਆ ਸੀ, ਮਨ ਦੇ ਪ੍ਰਭ ਕੀ ਸਰਨ ਵਿਚਾਰੋ, ਜਿਸ ਮ੍ਰਿਤ ਗਨਕਾ ਸੀ ਉਦਰੀ ਤਾਂ ਕੁਜਸ ਉਰਤਾਰੋ। ਸਤਿਗੁਰੂ ਜੀ ਨੇ ਇਸ ਪਵਿੱਤਰ ਪਾਵਨ ਸ਼ਬਦ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਿਆਂ, ਗੁਰੂ ਦੀ ਸ਼ਰਨ ਦਾ ਆਸਰਾ ਲੈਣ ਵਾਲਿਆਂ ਦੇ ਪਾਤਸ਼ਾਹ ਜੀ ਨੇ ਪ੍ਰਥਾਏ ਕੁਝ ਗੱਲ ਕੀਤੀ ਹੈ ਕਿ ਹੇ ਭਾਈ ਦੇਖੋ, ਜਿਨ੍ਹਾਂ ਨੇ ਵੀ ਗੁਰੂ ਦਾ ਆਸਰਾ ਲਿਆ, ਗੁਰੂ ਦੇ ਚਰਨਾਂ ਦਾ ਆਸਰਾ ਲਿਆ, ਗੁਰੂ ਨੇ ਉਹਨਾਂ ਦਾ ਫਾਰ ਉਤਾਰਾ ਕਰ ਦਿੱਤਾ, ਭਾਵੇਂ ਆਪਣੇ ਜੀਵਨ ਦੇ ਵਿੱਚ ਉਹਨੇ ਕੋਈ ਚੰਗਾ ਕੰਮ ਨਾ ਕੀਤਾ ਹੋਵੇ, ਭਾਵੇਂ ਉਹਨੇ ਆਪਣਾ ਸਾਰਾ ਜੀਵਨ ਕਿਸੇ ਹੋਰ ਬੰਨੇ ਲਾਇਆ ਹੋਵੇ, ਪਰ ਜਦੋਂ ਉਹਨੇ ਗੁਰੂ ਸਾਹਿਬ ਜੀ ਦੀ ਸ਼ਰਨ ਦਾ ਆਸਰਾ ਲੈ ਲਿਆ, ਗੁਰੂ ਨੇ ਮਹਾਰਾਜ ਨੇ ਉਹਨਾਂ ਦੀ ਪੱਤ ਰੱਖੀ। ਗਨਕਾ ਇੱਕ ਮੇਸਵਾ ਸੀ, ਪਾਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ, ਪਾਵਨੇ ਮੈਂ ਪਾਵਨ ਸਮਾਇਆ ਜੋਤੀ ਮੈਂ ਜੋਤ ਰਲ ਜਾ, ਜੋਤੀ ਮੈਂ
ਰਾਮ ਗਿਆਨੀ ਮੇਰਾ ਕਰੋ ਵਿਚਾਰਾ ਰਾਮ ਗਿਆਨੀ ਮੇਰਾ ਕਰੋ ਵਿਚਾਰਾ ਇਹ ਕੋ ਚਲ ਤੂੰ ਪਿਆ ਜੋਤੀ ਮੈਂ ਜੋਤ ਲਾ
Thank you.
मीठा लागे हर नाम पुकारते नानक मांगे हर नाम पुकारते नानक मांगे तेरा किया मीठा लागे हर नाम पुकारते नानक मांगे हर नाम पुकारते नानक मांगे सतगुरु सच्चे पातशाह महाराज अपनी रचना विच सानू दिलासा दिंदे ने तेरा किया मीठा लागे तेरा किया मीठा लागे हर नाम पुकारते नानक मांगे हर नाम पुकारते नानक मांगे तेरा किया ਅਚਿੰਤੀ ਬਾਜ ਪਏ ਬਾਜ ਪਏ ਤਿਸ ਰੱਬ ਦੇ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ
ਗਾਲੀ ਰੱਬ ਕੀਆ ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆ ਵੇਖੋ ਬੰਦਾ ਚੱਲਿਆ ਚੌਂ ਜਣਿਆ ਦੇ ਕੰਨ ਜਾਣਾ ਸਭ ਨੇ ਆਪਾਂ ਗੁਰ ਸਤਿਗੁਰਾਂ ਦੀ ਰਚਨਾ ਸਰਵਣ ਕਰ ਰਹੇ ਸੀ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਂਦੇ ਅਤੇ ਜਦੋਂ ਜੀਵ ਦੀ ਤਿਆਰੀ ਹੁੰਦੀ ਹੈ ਇਹ ਮਨੁੱਖ ਪਹਿਲਾਂ ਆਪਣੇ ਬਲ ਬੂਤੇ 'ਤੇ ਚੱਲਦਾ ਹੈ ਆਪਣੇ ਪੈਰਾਂ 'ਤੇ ਖੜਾ ਹੁੰਦਾ ਹੈ ਇਹਨਾਂ ਪੈਰਾਂ ਦੇ ਨਾਲ ਪਤਾ ਨਹੀਂ ਕਿੰਨਾ ਕੁ ਸਫ਼ਰ ਤੈਅ ਕਰ ਰਿਹਾ ਕਦੀ ਥੱਕਦਾ ਨਹੀਂ ਕਦੀ ਅੱਕਦਾ ਨਹੀਂ ਪਰ ਇੱਕ ਦਿਨ ਉਹ ਸਮਾਂ ਆ ਜਾਂਦਾ ਇਹਨੂੰ ਦੂਸਰਿਆਂ ਦੇ ਸਹਾਰੇ ਦੀ ਲੋੜ ਪੈ ਜਾਂਦੀ ਕੋਈ ਇੰਨੇ ਬਲ ਵਾਲਾ ਸਰੀਰ ਹੁੰਦਾ ਹੈ ਜਿਹਨੇ ਇੰਨਾ ਸਫ਼ਰ ਕੀਤਾ ਹੁੰਦਾ ਅਤੇ ਉਹਦੀ ਅੰਤਮ ਇਸ ਸਰੀਰ ਨੂੰ ਲਿਜਾਣ ਵਾਸਤੇ ਫਿਰ ਚਾਰ ਜਾਣੇ ਚੁੱਕ ਕੇ ਉਹਨੂੰ ਮੋਢਾ ਦੇ ਕੇ ਲੈ ਕੇ ਜਾਂਦੇ ਆ ਉਹਨੂੰ ਚਾਰ ਜਾਣੇ ਮੋਢਾ ਦੇ ਕੇ ਉਹਦੇ ਅੰਤਮ ਸਫ਼ਰ ਨੂੰ ਪੂਰਾ ਕਰਦੇ ਨੇ ਅੰਤਮ ਯਾਤਰਾ ਨੂੰ ਪੂਰਾ ਕਰਦੇ ਬਾਬਾ ਫਰੀਦ ਜੀ ਇਸ ਪਵਿੱਤਰ ਪਾਵਨ ਰਚਨਾ ਦੇ ਵਿੱਚ ਆਪ ਜੀ ਸਰਵਣ ਕਰੋ ਬਾਬਾ ਜੀ ਆਪਣੀ ਪਿਆਰੀ ਰਚਨਾ ਦੇ ਨਾਲ ਦੱਸ ਰਹੇ ਵੇਖੋ ਬੰਦਾ ਚੱਲਿਆ ਚੌਂ ਜਾਣਿਆ ਦੇ ਕੰਨ ਚੌਂ ਜਾਣਿਆ ਚੌਂ ਜਾਣਿਆ ਦੇ ਕੰਨ
ਬਾਬਾ ਫਰੀਦ ਜੀ ਕਹਿੰਦੇ ਨੇ ਕਿ ਦੇਖ ਪਾਏ ਗਵਾਈ ਪਾਏ ਤੇ ਤੇਰਾ ਜਨਮ ਸਫਲ ਹੋਇਆ। ਤੇ ਫਿਰ ਉਹ ਜਿਹੜਾ ਜਨਮ ਸਫਲਾ ਹੋਇਆ ਨਾ ਉਹਦੀ ਪ੍ਰਥਾਏ ਭਾਈ ਗੁਰਦਾਸ ਜੀ ਦੀ ਰਚਨਾ ਹੈ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਿੜ ਮੱਲਿਆ। ਆਓ ਇਹ ਰਚਨਾ ਆਪ ਜੀ 2 ਮਿੰਟ ਵਾਸਤੇ ਸਰਵਣ ਕਰ ਲਓ। ਉਸ ਤੋਂ ਉਪਰੰਤ ਜੋ ਅਗਲਾ ਪ੍ਰੋਗਰਾਮ ਹੈ ਉਹ ਵੀਰਾਂ ਨੇ ਲਿਖਿਆ ਹੋਇਆ ਉਹਦੇ ਮੁਤਾਬਕ ਜਿਸ ਤਰ੍ਹਾਂ ਵੀ ਸੰਗਤ ਨੂੰ ਦੱਸਿਆ ਜਾਏਗਾ। ਆਓ ਇਹ ਰਚਨਾ ਆਪ ਦੀ ਸਰਵਣ ਕਰ ਲਈਏ। ਗੁਰਮੁਖ ਜਨਮ ਸਵਾਰ
ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਿੰਡ। ਆਪਾਂ ਵੀ ਆਪਣੇ ਜੀਵਨ 'ਤੇ ਝਾਤ ਪਾ ਲਈਏ ਕਿ ਅਸੀਂ ਗੁਰਮੁਖ ਹਾਂ, ਅਸੀਂ ਗੁਰੂ ਵਾਲੇ ਹਾਂ, ਕਿ ਜਾਂ ਅਸੀਂ ਏਦਾਂ ਹੀ ਸੰਸਾਰ ਤੋਂ ਚਲੇ ਜਾਵਾਂਗੇ। ਗੁਰੂ ਜਨਮ ਸਵਾਰੀ ਦਰਗੇ ਚੱਲਿਆ ਦਰਗੇ ਚੱਲਿਆ ਗੁਰਮੁਖੀ ਜਨਮ ਸਵਾਰ ਦਰਗੇ ਚੱਲਿਆ ਦਰਗੇ ਚੱਲਿਆ ਗੁਰਮੁਖੀ ਜਨਮ ਸਵਾਰ ਦਰਗੇ ਚੱਲਿਆ ਦਰਗੇ ਚੱਲਿਆ ਗੁਰਮੁਖੀ ਜਨਮ ਸਵਾਰ ਦਰਗੇ ਚੱਲਿਆ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਿੜ ਮੱਲਿਆ ਗੁਰਮੁਖ ਮੇਹ ਜਲ ਚਿਤਾ ਨਾ ਹੱਲੇ ਹੱਲਿਆ ਨਾ ਹੱਲੇ ਹੱਲਿਆ ਗੁਰਮੁਖ ਦਾ ਮਨ ਇੰਨਾ ਪੱਕਾ ਹੋ ਡੋਲਦਾ ਉਹਦਾ ਮਨ ਪੱਕਾ ਹੋ ਗੁਰਮੁਖ ਦੀ ਨਿਸ਼ਾਨੀ ਹੋ ਉਹ ਆਪਣੀ ਥਾਂ ਤੋਂ ਹੁੰਦਾ ਨਾ ਹੱਲੇ ਹੱਲਿਆ ਨਾ ਹੱਲੇ ਹੱਲਿਆ ਗੁਰਮੁਖ ਚੰਦ ਸੱਚੀ ਦਰਗੇ ਜਾਏ
ਪਿਆਰ ਕੀਤਾ, ਗੁਰੂ ਕੀ ਸੰਗਤ ਨਾਲ ਪਿਆਰ ਕੀਤਾ, ਸਾਡੇ ਕੰਮਾਂ ਨਾਲ ਪਿਆਰ ਕੀਤਾ, ਲੋਕ ਭਲਾਈ ਦੇ ਨਾਲ ਪਿਆਰ ਕੀਤਾ, ਉਹਨਾਂ ਦੀ ਬਾਕੀ ਦੀ ਭੁੱਖ ਮਿਟੀ। ਸਾਰੇ ਨਗਰ ਨਾਲ, ਸਾਰੇ ਇਲਾਕੇ ਨਾਲ ਬੜਾ ਸਨੇਹ, ਬੜਾ ਪਿਆਰ ਸੀ। ਦਾਸ ਦੇ ਪਰਿਵਾਰ ਦੇ ਨਾਲ ਵੀ ਬਹੁਤ ਜ਼ਿਆਦਾ ਇਹਨਾਂ ਦਾ ਸਨੇਹ ਰਿਹਾ। ਸਾਡੇ ਅਤਿ ਸਤਿਕਾਰਯੋਗ ਪਿਤਾ ਜੀ ਅਤੇ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ, ਇਹਨਾਂ ਦਾ ਬਚਪਨ ਸਾਰਾ ਇਕੱਠਾ ਬਾਰ ਦੇ ਵਿੱਚ ਬਤੀਤ ਹੋਇਆ। ਇੱਕ ਹੀ ਥਾਂ 'ਤੇ ਰਹਿੰਦੇ ਰਹੇ, ਉੱਧਰ ਇਕੱਠੇ ਪੜ੍ਹਦੇ ਰਹੇ। ਇਹਨਾਂ ਪ੍ਰਥਾਏ, ਇਹਨਾਂ ਦੀਆਂ ਜੀਵਨ ਦੀਆਂ ਗੱਲਾਂ ਜਾਂ ਇਹਨਾਂ ਦੇ ਪਿਤਾ ਜੀ ਦੀਆਂ ਗੱਲਾਂ ਜਾਂ ਪਰਿਵਾਰ ਦੀਆਂ ਗੱਲਾਂ ਸਾਰੇ ਪਿਤਾ ਜੀ ਕੋਲੋਂ ਮੈਂ ਸੁਣਦਾ ਰਿਹਾ। ਬੜਾ ਵੱਡਾ ਕੁਰਬਾਨੀ ਵਾਲਾ ਪਿਆ ਪਰਿਵਾਰ ਪਿਤਾ ਜੀ। ਸਰਦਾਰ ਦਰਸ਼ਨ ਸਿੰਘ ਜੀ ਦੇ ਪਿਤਾ ਜੀ ਬਾਪੂ ਕਰਤਾਰ ਸਿੰਘ ਜੀ ਅਤੇ ਸਾਡੇ ਪੜਦਾਦਾ ਜੀ, ਸਾਡੇ ਪਿਤਾ ਜੀ ਬਾਬਾ ਬੰਤਾ ਸਿੰਘ ਜੀ, ਕਿੰਨੇ ਵੀ ਤਿਆਰੀ ਕਰਕੇ ਨਾਲ ਦੂਜੀ ਗੱਲ ਕੀ ਹਜ਼ੂਰ ਬਹੁਤ ਵੱਡੀਆਂ ਸਕੀਰਤੀਆਂ ਵੀ ਸੰਗਤਾਂ ਜਾਂਦੀਆਂ ਸਨ, ਪਰ ਜਿਹਨਾਂ ਪਰਿਵਾਰਾਂ ਦੇ ਜੀ ਜਦੋਂ ਘਰੋਂ ਤੁਰਦੇ ਸਨ ਜਾਂਦੇ ਸਨ, ਉਹਨਾਂ ਨੂੰ ਯਾਦ, ਉਹਨਾਂ ਨੂੰ ਮਾਣ ਹੁੰਦਾ ਸੀ ਕਿ ਗੁਰੂ ਵਾਸਤੇ ਜਾ ਰਹੇ। ਅਤੇ ਬਾਪੂ ਕਰਤਾਰ ਸਿੰਘ ਜੀ ਹੋਈ, ਫਿਰ ਉੱਧਰ ਹੀ ਸਾਧ ਸੰਗਤ ਪਠਾਣਾਂ ਨਾਲ, ਉਹਨਾਂ ਮੁਗਲਾਂ ਦੇ ਨਾਲ ਲੋਹਾ ਲੀਤੇ ਹੋਏ, ਕਿਉਂਕਿ ਉਹਨਾਂ ਨੇ ਅਰਦਾਸ ਕਰਤੀ ਸੀ ਅਸੀਂ ਪਰਿਵਾਰ ਬਚਾਉਣਾ ਹੈ, ਸਾਡੀ ਭਾਵੇਂ ਜਿੰਦ ਜਾਨ ਕਰਨਾ, ਅਸੀਂ ਆਪਣੀ ਇੱਜ਼ਤ ਅਣਖ ਨੂੰ ਕਾਇਮ ਰੱਖਣਾ ਹੈ। ਬੜਾ ਜ਼ੋਰ ਲਾਇਆ ਪਰਿਵਾਰ ਨੇ, ਹਵੇਲੀ ਵਿੱਚ ਵੜ ਜਾਓ, ਤੁਸੀਂ ਵੀ ਆ ਜਾਓ, ਆਪਾਂ ਨੂੰ ਕੁਛ ਨਹੀਂ ਹੋਏਗਾ। ਪਰ ਕਹਿੰਦੇ ਨੇ ਅਸੀਂ ਗੁਰੂ ਘਰ ਦਾ ਸਭ ਇਹਨਾਂ ਨਾਲ ਬਾਹਰ ਹੋ ਕੇ ਲੜਨਾ, ਬਾਹਰ ਹੋ ਕੇ ਦੋ ਦੋ ਹੱਥ ਇਹਨਾਂ ਨਾਲ ਕਰਨੇ। ਪਿਤਾ ਜੀ ਦੱਸਦੇ ਸਨ ਕਿ ਇਹਨਾਂ ਨੇ 10 ਪਠਾਣ ਮਾਰੇ, 10 ਮੁਗਲਾਂ ਨੂੰ ਵੱਢੇ। ਫਿਰ ਸਾਧ ਸੰਗਤ ਜੇ ਕਿਤੇ ਇਹਨਾਂ ਦੀ ਤੇਗ ਨਾ ਦੋ ਟੋਕੇ ਹੋਵੇ, ਪਿਤਾ ਜੀ ਦੱਸਦੇ ਸਨ। ਦਰਸ਼ਨ ਸਿੰਘ ਜੀ ਦੇ ਪਿਤਾ ਜੀ ਕਰਤਾਰ ਸਿੰਘ, ਉਹਨਾਂ ਦੀ ਕਿਤੇ ਤੇਗ ਨਾ ਟੁੱਟੇ, ਅਤੇ ਸਾਧ ਸੰਗਤ ਇੰਨੇ ਬਲੀ ਸਨ, ਇੰਨੇ ਬਲਵਾਨ ਸਨ, ਇੰਨੇ ਤਗੜੇ ਸਨ, ਤਿਉਹਾਰ ਨਹੀਂ ਸੀ ਸਕਦੇ। ਉਹਨਾਂ ਦੀ ਤੇਗ ਅੱਧ ਵਿੱਚ ਟੁੱਟਣ ਕਰਕੇ ਫਿਰ ਉਹਨਾਂ ਮੁਸਲਮਾਨਾਂ ਨੇ ਪਰਛਾ ਮਾਰ ਕੇ ਸਾਧ ਸੰਗਤ ਉਹਨਾਂ ਦੇ ਸਰੀਰ ਦੇ ਵਿੱਚੋਂ ਅੰਦਰਾਂ ਬਾਹਰ। ਸਤਿ ਸੰਗਤ ਜੀ,
कि परिवार की गल जी होंगी बड़ा माण होंगे अपने बड़िया से बड़ा माण होंगे अपने बटिकियां बहुत ज्यादा सुरभा होंगी ये सारिया गल् पिता जी दसते होंगे सन बाहर का हाल दसते होंगे इन्हों बड़ी सांस सी आमो सामने बूहे सन बड़ा सन्मान सतगुरु कृपा कर उस प्यार का सदका जिथे भी दास को मिलते सन जिसे भी मैं जाता सी जिथे भी इन्होंने को जाके कितने भी इन्हों मिलना सत्संग ने घुट के डब्बे में लै लेना घुट के प्यार करना असी अज अति सत्कार जो भाई दर्शन सिंह जी नहीं रहे उन्हों का प्यार सदा साढ़े मन के सदा दास के दिल के बनया रहेगा सतगुरु के कथन आओ आनंद साहब जी का पाठ करके जो बोलू घर बार दिन सद बार ना लगई जो कागद बंदार जग रचना सब झूठ है जान ले हो रे मीत कह नानक थिर नार जो बालू की पीत राम गयो रावण गयो जाको बहु परवार कहो नानक थिर कश नहीं सपने जो संसार कहो नानक थिर कश नहीं सपने जो संसार पतत पावन कृपा निधान वाहिगुरु जी का खालसा वाहिगुरु जी की फतेह। श्री वाहिगुरु परमात्मा ने निरंकार जी ने संसार की रचना नु रचिया है जिसनु दुनिया शब्द करके भी आपां वरतदे हां कि वजे ने जो अपने जीवन का भोग भोगते ने पर इस संसार से एक मनुख जामा महान है समय का अवतार है जो श्री वाहिगुरु परमात्मा ने आपां नूं सारिआं नूं ही बख्शिया है। ते मनुख जामा ऐसा महान है जिस मनुख देही नूं जो मुक्त हो चुके शांत हो चुके देवते ने वो भी लोचते ने। सतगुर पातशाह जी गुरबाणी विच भी फरमान करते ने इस देही को सिमरै देव इस देही नूं इस मनुख जामे नूं देवते भी याद करते ने कि ये मनुखा जन्म सानूं मिल जावे असी होर वाहिगुरु परमात्मा का नाम जप सकीए। सकदारी अवर जौन तेरी पनहारी सतगुर पातशाह महाराज ने कहा ये मनुख बाकी दिया तेरिया जिन्निया भी जूना ने वो तेरी ताबेदारी दे विच हन इसलिए इस संसार ते सुचा जीवन भोगण वाले नेकी वाला ते सच्चाई वाला जीवन भोगण वाले बजुर्ग जिन्हां दे दशहरे ते आपां जुड़ बैठे हाँ उन्हां दी अंतम अरदास विच हाजिरी करन लई हाजिर होए बहुत मेरे समय तो आपां हाजिरी कर रहे हाँ जे कोई गुरबाणी का प्रकरण आरंभ करांगे समा लगेगा इतिहास का प्रकरण आरंभ करांगे समा लगेगा तो समाज के विच विचरे परिवार के विच विचरे अते जो गुरु पंथ की सेवा
ਉਹਨਾਂ ਨੂੰ ਆਪਣੇ ਜੀਵਨ ਵਿੱਚ ਆਈ ਉਹ ਵੀ ਉਹਨਾਂ ਨੇ ਨਿਭਾਈ। ਉਹ ਆਪ ਤੇ ਉਹਨਾਂ ਦਾ ਪਰਿਵਾਰ ਇੱਕ ਪੰਥ ਜਿੱਥੇ ਉਹ ਸਮਾਜ ਵਿੱਚ ਪਰਿਵਾਰ ਵਿੱਚ ਵਿਚਰੇ ਨੇ ਕਿ ਨਾਲ ਮੈਂ ਬੇਨਤੀ ਕਰਦਾ ਹਾਂ ਕਿ ਕੁਛ ਸਮਾਂ ਉਹਨਾਂ ਦੀ ਸੰਗਤ ਹੋਈ। ਤਕਰੀਬਨ ਜਦੋਂ ਤੋਂ ਹੀ ਆਪ ਜੀ ਦੇ ਪਹਿਰੇ ਦੇ ਵਿੱਚ ਬਾਬਾ ਅਵਤਾਰ ਸਿੰਘ ਸਾਹਿਬ ਹੋਣਾ ਨੇ ਨਗਰ ਸਵਰਾਹ ਬਾਬਾ ਜੀ ਦੇ ਅਸਥਾਨ 'ਤੇ ਸੇਵਾ ਕਰਨ ਲਈ ਹੁਕਮ ਕੀਤਾ, ਉਦੋਂ ਤੋਂ ਹੀ ਘਰ ਘਰ ਦੇ ਵਿੱਚ ਮਹਾਂਪੁਰਖਾਂ ਦਾ ਇਹ ਪਿਆਰ ਜਿਹੜਾ ਹੈ ਸੰਗਤਾਂ ਦੇ ਨਾਲ ਜੁੜਿਆ ਹੋਇਆ। ਜਦੋਂ ਇਹਨਾਂ ਦੇ ਨਾਲ ਦਾਸ ਦਾ ਵਚਨ ਬਲਾਸ ਨੇੜ ਹੋਇਆ, ਭਾਵੇਂ ਮੈਂ ਜੀਵਨ ਕਰਕੇ ਸੇਵਾ ਕਰਕੇ ਸਾਰਿਆਂ ਤੋਂ ਹੀ ਛੋਟਾ ਹਾਂ, ਪਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਧੰਨ ਬਾਬਾ ਬਿਧੀ ਚੰਦ ਸਾਹਿਬ ਦੇ ਘਰ ਦੀ ਬੜੀ ਵੱਡੀ ਵਡਿਆਈ ਮੈਨੂੰ ਜਣਾਈ। ਜਦੋਂ ਉਹਨਾਂ ਦੇ ਨਾਲ ਵਚਨ ਬਲਾਸ ਹੋਏ ਉਹਨਾਂ ਨੇ ਕਿਹਾ ਕਿ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਵੰਸ਼ ਦੇ ਦਸਵੇਂ ਜਾਣ ਛੀਣ ਸੱਚਖੰਡ ਵਾਸੀ ਬਾਬਾ ਸੋਹਣ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਂ 'ਤੇ ਨਿਸ਼ਾਨ ਤੋਂਸੇ ਨਗਾਰੇ, ਘੋੜਿਆਂ ਦੀ ਰਵਾਇਤ ਨੂੰ ਲੈ ਕੇ ਪੰਥ ਵਿੱਚ ਵਿਚਰੇ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਨੇ ਉਹਨਾਂ ਨੇ ਆਪ ਆਪਣੀ ਅੰਦਰੂਨੀ ਸ਼ਕਤੀ ਦੁਆਰਾ ਪੱਟੀ ਦੇ ਵਿੱਚ ਆਣ ਕੇ ਗੁਰਦੁਆਰਾ ਭੱਟ ਸਾਹਿਬ ਪ੍ਰਗਟ ਕੀਤਾ ਅਤੇ ਬਾਬਾ ਜੀ ਦੀ ਕਲਾ ਤੋਂ ਉਹ ਕਹਿੰਦੇ ਸੀ ਕਿ ਅਸੀਂ ਪ੍ਰਭਾਵਿਤ ਹੋ ਕੇ ਕਿ ਏਡੀ ਕਲਾ ਵਾਲੇ ਮਹਾਂਪੁਰਖ ਹਨ, ਏਡੀ ਇਹਨਾਂ ਦਾ ਆਤਮਕ ਬਲ ਹੈ ਕਿ ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਹੀ ਬਾਬਾ ਜੀ ਦੇ ਅਸਥਾਨ ਨੂੰ ਪਛਾਣ ਲਿਆ ਹੈ, ਪ੍ਰਗਟ ਕਰ ਲਿਆ ਹੈ। ਉਸ ਦਿਨ ਤੋਂ ਹੀ ਫਿਰ ਉਹਨਾਂ ਬਾਬਾ ਜੀ ਹੋਣਾ ਨੇ ਆਪ ਦੀ ਸੰਗਤ ਬਖਸ਼ੀ। ਇਸ ਲਈ ਉਹਨਾਂ ਦੇ ਇਹ ਮਹਾਨ ਜੀਵਨ ਦੇ ਗੁਣ ਉਹਨਾਂ ਦੀ ਰਸਨਾ ਅਤੇ ਕਹਿਣ ਤੋਂ ਮੈਨੂੰ ਪ੍ਰਾਪਤ ਹੋਏ ਅਤੇ ਬੜੇ ਪ੍ਰਭਾਵਿਤ ਹੋਏ। ਇਸ ਲਈ ਜਿਸ ਦਿਨ ਜਿੱਥੇ ਤਾਂ ਜਿਹੜਾ ਪਾਣਾ ਹੋਇਆ ਅਸੀਂ ਹਾਜ਼ਰ ਹੋਏ, ਹੁਕਮ ਹੋਇਆ ਕਿ ਭੁੱਖ ਦੇ ਸਮੇਂ 'ਤੇ ਵੀ ਜ਼ਰੂਰ ਹਾਜ਼ਰੀ ਕਰਿਓ, ਆਪ ਸੰਗਤਾਂ ਦੇ ਦਰਸ਼ਨ ਦਾਰਿਆਂ ਲਈ ਹਾਜ਼ਰ ਹੋਏ। ਇਸ ਸਮੇਂ 'ਤੇ ਹਾਜ਼ਰੀ ਲਾਉਣ ਲਈ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਹੋਣਾ ਕੋਲ ਵੀ ਬੇਨਤੀ ਕੀਤੀ। ਆਪ ਜੀ ਨੂੰ ਪਤਾ ਹੈ ਕਿ ਬਾਬਾ ਜੀ ਤੋਂ ਉਪਰੰਤ ਜਿਵੇਂ ਆਪ ਬਾਬਾ ਜੀ ਦੀ ਬੜੀ ਵੱਡੀ ਧਾਰਨਾ ਸੀ ਬਾਬਾ ਦਇਆ ਸਿੰਘ ਸਾਹਿਬ ਹੋਣਾ ਦੀ, ਕੱਲੇ ਘਰ ਵਾਲੇ ਸਿੰਘ ਨੇ ਯਾਦ ਕਰ ਲਿਆ ਹੈ ਨਾ। ਗੁਰਬਾਨੀ ਉਦਿਆ ਕੇ ਅਰਦਾਸ ਹਮਾਰੀ, ਕੀਓ ਪਿੰਡ ਸਭ ਤੇਰਾ ਵਾਹਿਗੁਰੂ, ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰੰਗ ਤੇ ਗੁਰੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਸਿਮਰੰ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਏ, ਸਭ ਥਾਈ ਹੋਏ ਦੀ ਸਹਾਇ, ਸਭ ਥਾਈ ਹੋਏ ਦੀ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤਾ ਜੀ, ਸਭ ਥਾਈ ਹੋਏ ਦੀ ਸਹਾਇ, ਸਭ ਥਾਈ ਹੋਏ ਦੀ ਸਹਾਇ। ਦਸਾਂ ਪਾਤਸ਼ਾਹ ਜੋਤ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਅੰਨਾ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਤਲਾਈ ਤੇ ਗਵਾਈ ਦੇਖ ਕੇ ਅੰਡਟ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਵਾਹਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਘੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਇਹਨਾਂ ਸਰਬੱਤ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਚੰਗੀ ਸਿੰਘਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੈ ਚਿੱਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸਿਆ ਰਿਆਇਤ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਮਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅੰਤਰਯਾਮੀ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਕਰਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਸਾਂ ਪਾਤਸ਼ਾਹ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਇਸ ਵੇਲੇ ਹਾਜ਼ਰੀਨ ਸਰਬੱਤ ਸੰਗਤਾਂ ਵੱਲੋਂ ਹੱਥ ਜੋੜ ਕੇ ਆਪ ਜੀ ਦੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਜਿਹਾ ਜੀ ਲਿਖਿਆ ਤੀਹਾ ਹੁਕਮ ਕੁਮਾਏ ਘੱਲੇ ਆਵੇ ਨਾਨਕਾ ਸਤੇ ਉੱਠੀ ਜਾਏ ਦੇ ਮਾਵਾ ਕੁਲਸਾਰ ਧਰ ਕਰਦੇ ਸਿੱਖ ਸੇਵਕ ਭਾਈ ਦਰਸ਼ਨ ਸਿੰਘ ਜੀ ਕੁਝ ਦਿਨ ਪਹਿਲਾਂ ਆਪ ਜੀ ਦੀ ਦਿੱਤੀ ਆਸ ਨੂੰ ਭੋਗਦੇ ਹੋਏ ਸੰਸਾਰ ਤੋਂ ਅਕਾਲ ਪੁਰਾਣਾ ਕਰ ਗਏ ਸਤਿਗੁਰੂ ਜੀ ਗਰੀਬ ਨਿਵਾਜ ਭਾਈ ਦਰਸ਼ਨ ਸਿੰਘ ਜੀ ਦੀ ਰੂਹ ਆਤਮਾ ਦੇ ਨਿਮਿਤ ਆਪ ਜੀ ਦੀ ਦਰਸਾਈ ਮਰਿਆਦਾ ਅਨੁਸਾਰ ਉਹਨਾਂ ਦੇ ਸਰਬੱਤ ਪਰਿਵਾਰ ਨੇ ਉਹਨਾਂ ਦੇ ਸੁਪੁੱਤਰਾਂ ਨੇ ਰਲ ਮਿਲ ਵਰਕੇ ਇਕੱਤਰ ਹੋ ਕਰਕੇ ਧੁਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਵਾ ਕੇ ਭੋਗ ਪਵਾਏ ਸਤਿਗੁਰੂ ਜੀਓ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਆਪ ਜੀ ਦੇ ਪਾਤਸ਼ਾਹ ਜੀ ਛਤਰ ਸਾਇਆ ਹੇਠ ਗਰੀਬ ਨਿਵਾਜ ਦੀਵਾਨ ਸਜਾਏ ਗਏ ਸਤਿਗੁਰੂ ਜੀਓ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰੂ ਜੀਓ ਵੈਰਾਗਮਈ ਕੀਰਤਨ ਹੋਇਆ ਹੈ ਸਤਿਗੁਰੂ ਜੀਓ ਵਿਚਾਰਾਂ ਹੋਈਆਂ ਨੇ ਸਤਿਗੁਰੂ ਜੀਓ ਪਾਤਸ਼ਾਹ ਜੀਓ ਆਪ ਜੀ ਦੀ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾ ਕਰਨੀ ਦੀ ਸਮਰਥ ਬਖਸ਼ਣੀ ਸਤਿਗੁਰੂ ਜੀ ਕੀਰਤਨ ਦਾ ਭਾਵ ਕਥਾ ਵਿਚਾਰਾਂ ਦਾ ਭਾਵ ਬਾਣੀ ਦਾ ਭਾਵ ਭਾਈ ਦਰਸ਼ਨ ਸਿੰਘ ਦੀ ਰੂਹ ਆਤਮਾ ਨੂੰ ਬਖਸ਼ ਕੇ ਆਪਣੇ ਚਰਨਾਂ ਦਾ ਨਿਵਾਸ ਦੇਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਕਰਨਾ ਸਤਿਗੁਰੂ ਜੀ ਮਹਾਰਾਜ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਗੁਰੂ ਜੀ ਜੀਵ ਕੋਲੋਂ ਸੰਸਾਰ ਦੇ ਵਿੱਚ ਵਿਚਰਦੇ ਹਾਂ
अनेकां प्रकार दियां भुलां हो जांदियां सतगुरु जीओ भाई दर्शन सिंह जी कोलों नगर की सेवा करदे आं इलाके की सेवा करदे आं सतगुरु जीओ जीवन बंद विच अनेकां प्रकार दियां भुलां हो गईयां आप जी ने पातशाह जीओ अपने अणजाण सिख जाण के माफ करनियां जी सतगुरु की विछड़ी आत्मा का भला करना जी परिवार विच सुख शांति मेहर भरिया हथ रखना जी सतगुरु जी आप जी की हजूरी अंदर बेअंत संगतां ने हाजरिया भरिया सरबत संगतां की हाजरी दर प्रवान करने जी दिल फुल भेटां पान सिखी जीवन बख्शना वाहिगुरु सच्चे पातशाह आप जी दे हजूर गरीब नवाज छे पौड़ियां आनंद साहब जी की अरदास अखर वादा घाटा पुंच को माफ करने की कड़ा प्रसाद की देख सदके हाजिर है दरते प्रवान होवे प्रवान होया प्रसाद संगत विच वरताउण की आग्या बख्श करने की गरीब नवाज हुक्मनामा बख्शो समूह संगतां दे परिवार दे सिर ते मेहर भरिया हथ रखो हुक्मनामे ते चलण दी समर्था बख्शो सतगुरु सही प्यारे मिलियो जिन्हां मिलिया तेरे नाम चित्त आवे जी नानक नाम चढ़दी कला वाहिगुरु जी का खालसा वाहिगुरु जी की फतेह दोहे आ गया भैया का वाहिगुरु जी का खालसा वाहिगुरु जी की फतेह बैठा गेल करे गेल करे हंसना आजंदे भाज पे ਕਿਸ ਰੱਬ ਦੇ ਕੇਲਾ ਵਿਸਰਿਆ ਜੋ ਮਨ ਚੇਤਨਾ ਚੇਤੇ ਸਾਦਾ ਸੋ ਗਾਲੀ ਰੱਬ ਗਿਆ ਆਸ ਪਿਆਸੀ ਬ੍ਰਿਗਦਾ ਜੋ ਚਾਦਰਿਕ ਬੋਂਦੇ ਰੇ ਦੇਹ ਦਰਸ ਭਰਾ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮੁਹੱਲਾ ਨਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਓ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸਦਾ ਹਰਿ ਗਾਉ ਰਸਨਾ ਗੀਤ ਰੇ ਮਨ ਰਾਮ ਸਿਓ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸਦਾ ਹਰਿ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਧੁ ਕੋਹੇ ਬੁਧਤ ਪੁਨੀਤ ਕਾਰ ਬਿਆਲ ਜਿਉਂ ਭਰਿਓ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫਨ ਤੋਹੇ ਗ੍ਰਾਸ ਹੈ ਸਮਝ ਰੱਖ ਜੀਤ ਕਹ ਨਾਨਕ ਰਾਮ ਭਜ ਲੈ ਜਾਤ ਅਸਰ ਬੀਤ ਆਜ ਕਾਲ ਫਨ ਤੋਹੇ ਗ੍ਰਾਸ ਹੈ ਸਮਝ ਰੱਖ ਜੀਤ ਕਹ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਗੁਰੂ ਖਾਲਸਾ ਜੀ ਮਹਾਨ ਸ਼ਖਸੀਅਤ
ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਸਤਿਕਾਰਯੋਗ ਬਾਪੂ ਦਰਸ਼ਨ ਸਿੰਘ ਜੀ। ਬਾਬਾ ਫਰੀਦ ਡਾਂਕੇ ਦੀ ਚੋੜ ਤੇ ਕਹਿੰਦਾ, ਵਾਰੀ ਆਪੋ ਆਪਣੀ ਚੱਲੇ ਮੁਸ਼ਾਇਕ ਸ਼ੇਖ, ਜੋ ਸੰਸਾਰ ਤੇ ਆਇਆ ਉਹ ਤੁਰ ਜਾਂਦਾ, ਜੋ ਆਇਆ ਉਹਨੇ ਜਾਣਾ, ਜੋ ਉਪਜਿਓ ਸੋ ਬਿਨਸ ਹੈ ਪਰੋ ਅੱਜ ਕੇ ਕਾਲ। ਇੱਕ ਵਾਰ ਫਤਿਹ ਬੁਲਾਓ ਸਾਰੀ ਸੰਗਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਨਾਮੀ ਸ਼ਖਸੀਅਤਾਂ, ਮਹਾਨ ਸ਼ਖਸੀਅਤਾਂ, ਉਸ ਮਹਾਨ ਰੂਹ ਨੂੰ ਅੰਤਿਮ ਅਰਦਾਸ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੀਆਂ ਨੇ। ਤੋ ਲੰਮਾ ਸਮਾਂ ਉਹਨਾਂ ਨੇ ਪਿੰਡ ਦੀ ਸੇਵਾ, ਇਲਾਕੇ ਦੀ ਸੇਵਾ ਕੀਤੀ ਹੈ। ਜਾਣ ਤੋਂ ਬਾਅਦ ਕਿੰਨਾ ਕੁ ਉਹਨਾਂ ਨੇ ਪਿਆਰ ਵੰਡਿਆ ਫਿਰ ਪਤਾ ਲੱਗਦਾ ਹੈ। ਮਾਣਯੋਗ ਸ਼ਖਸੀਅਤ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਘਰੋਂ, ਜਿਨ੍ਹਾਂ ਨੇ ਇਸ ਇਲਾਕੇ ਦੀ ਬੜੀ ਸੇਵਾ ਕੀਤੀ ਹੈ, ਉਹ ਆਪਣੇ ਕੋਲ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਮਾਇਮਾਨ ਬਿਰਾਜਮਾਨ ਨੇ। ਮੇਰੇ ਅਤਿ ਸਤਿਕਾਰਯੋਗ ਸਰਦਾਰ ਖੁਸ਼ਵਿੰਦਰ ਸਿੰਘ ਜੀ ਭਾਟੀਆ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਮੌਜੂਦ ਨੇ। ਸਰਦਾਰ ਗੁਰਮੁਖ ਸਿੰਘ ਜੀ ਕੁੱਲਾ ਸਾਹਿਬ, ਬਲੇਰ ਸਾਹਿਬ, ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਨੇ। ਬਾਬਾ ਨਿਹਾਲ ਸਿੰਘ ਜੀ, ਹੋਰ ਵੀ ਜ਼ਿੰਮੇਵਾਰ ਹਸਤੀਆਂ ਬਹੁਤ ਸਾਰੀਆਂ, ਸਵਰਗਵਾਸੀ ਸਰਦਾਰ ਵਰਿਆਮ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਦੇ ਲੈਕਸ ਪੁੱਤਰ ਸਰਦਾਰ ਦਲਬਾਗ ਸਿੰਘ ਜੀ ਸਾਧੋ, ਉਹ ਵੀ ਬਾਪੂ ਜੀ ਦੇ ਪਿਆਰ ਦੇ ਬੱਜੇ। ਵੇਖੋ ਗੁਰਦੇਵ ਨੇ ਕਿਹਾ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਾ ਦਰਗਹਿਮਾਨ। ਇਹ ਪੰਚਾਇਤ ਇੱਕ ਐਸੀ ਪੰਚਾਇਤ ਸੀ ਸਾ ਸੰਗਤ, ਜਿਨ੍ਹਾਂ ਨੇ ਹਰ ਇੱਕ ਦਾ ਭਲਾ ਹੀ ਕੀਤਾ, ਹਰ ਇੱਕ ਦਾ ਚੰਗਾ ਹੀ ਸੋਚਿਆ। ਔਰ ਸਾਨੂੰ ਮਾਣ ਹੈ ਇਹਨਾਂ ਉੱਤੇ, ਇਹਨਾਂ ਮਹਾਨ ਸ਼ਖਸੀਅਤਾਂ ਉੱਤੇ। ਇਹ ਹਮੇਸ਼ਾ ਯਾਦ ਰਹਿਣ ਵਾਲੀਆਂ ਰੂਹਾਂ ਨੇ। ਬਾਪੂ ਦਰਸ਼ਨ ਸਿੰਘ ਜੀ, ਬਾਪੂ ਅਜੀਤ ਸਿੰਘ ਜੀ ਚੇਅਰਮੈਨ ਸਾਹਿਬ, ਬਾਪੂ ਰਣਧੀਰ ਸਿੰਘ ਜੀ ਨੰਬਰਦਾਰ ਸਾਹਿਬ, ਸਰਦਾਰ ਵਰਿਆਮ ਸਿੰਘ ਜੀ ਸਰਪੰਚ ਸਾਹਿਬ, ਔਰ ਬੈਠੇ ਨੇ ਸਰਦਾਰ ਛਤਰਪਾਲ ਸਿੰਘ ਜੀ ਚੇਅਰਮੈਨ ਸਾਹਿਬ ਦੁੱਬਲੀ ਵਾਲੇ, ਇਹ ਸਾਰੀ ਟੀਮ ਹੈ ਸਾਧ ਸੰਗਤ ਜੀ ਇਹਨਾਂ ਦੀ, ਜਿਨ੍ਹਾਂ ਨੇ ਕੈਰੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੜੀ ਵੱਡੀ ਸੇਵਾ ਕੀਤੀ ਹੈ। ਆਓ, ਮੈਂ ਬਹੁਤਾ ਲੰਮਾ ਸਮਾਂ ਨਹੀਂ ਲਵਾਂਗਾ। ਜਿਹੜੀਆਂ ਸ਼ਖਸੀਅਤਾਂ ਸਤਿਕਾਰਯੋਗ ਬਾਪੂ ਦਰਸ਼ਨ ਸਿੰਘ ਜੀ ਉਹਨਾਂ ਦੇ ਇਸ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਈਆਂ ਨੇ, ਉਹਨਾਂ ਦੇ ਨਾਂ ਜ਼ਰੂਰੀ ਹੈ। ਮੇਰੇ ਅਤਿ ਸਤਿਕਾਰਯੋਗ ਵੀਰ ਦਲਬਾਗ ਸਿੰਘ ਜੀ, ਉਹਨਾਂ ਦੇ ਲੈਕਸ ਪੁੱਤਰ, ਉਹਨਾਂ ਨੇ ਜੋ ਨਾਂ ਮੈਨੂੰ ਦੱਸੇ ਨੇ, ਉਹਨਾਂ ਵਿੱਚ ਮੇਰੇ ਸੁਬਰਾਨ ਨਗਰ ਦਾ ਮਾਨ ਸਰਦਾਰ ਬਾਪੂ ਬੂਟਾ ਸਿੰਘ ਜੀ ਚੇਅਰਮੈਨ ਸਾਹਿਬ ਉਹ ਆਏ ਨੇ ਜੋ ਆਇਆ, ਬਾਬਾ ਨਿਹਾਲ ਸਿੰਘ ਜੀ ਆਏ ਨੇ ਜੋ ਆਇਆ, ਸਰਦਾਰ ਦਲਬਾਗ ਸਿੰਘ ਜੀ ਸਰਪੰਚ ਸਾਹਿਬ, ਸਵਰਗਵਾਸੀ ਸਰਦਾਰ ਵਰਿਆਮ ਸਿੰਘ ਜੀ ਸਰਪੰਚ, ਉਹਨਾਂ ਦੇ ਲੈਕਸ ਪੁੱਤਰ, ਔਰ ਮਾਝਾ ਜਾਣ ਦੇ ਜਨਰਲ ਸਕੱਤਰ ਵੀ ਨੇ, ਸੀਨੀਅਰ ਅਕਾਲੀ ਆਗੂ ਨੇ, ਉਹ ਵੀ ਆਏ ਨੇ। ਧੰਨਵਾਦ ਹੈ ਸਰਦਾਰ ਰਣਵੀਰ ਸਿੰਘ ਜੀ ਭੋਲਾ ਸਾਹਿਬ ਸਰਪੰਚ ਸਾਹਿਬ ਸੁਬਰਾ ਨਗਰ ਵਾਲੇ, ਸਰਦਾਰ ਸਰਦੂਲ ਸਿੰਘ ਜੀ ਭਾਣੇ ਕੇ ਮੈਂਬਰ ਪੰਚਾਇਤ, ਸਵਰਨ ਸਿੰਘ ਜੀ ਭਾਣੇ ਕੇ ਮੇਰੇ ਚਾਚਾ ਜੀ, ਸਰਦਾਰ ਗੁਰਨਾਮ ਸਿੰਘ ਜੀ ਭੱਗੂਪੁਰ ਸਾਹਿਬ ਉਹ ਵੀ ਆਏ ਨੇ, ਸਰਦਾਰ ਅਜੀਤ ਸਿੰਘ ਜੀ ਨੰਬਰਦਾਰ ਸੁਬਰਾ ਉਹ ਵੀ ਆਏ ਨੇ, ਸਰਦਾਰ ਨਿੰਦਰ ਸਿੰਘ ਜੀ ਰੰਦੇ, ਜਗਦੀਪ ਸਿੰਘ ਜੀ ਮੈਂਬਰ ਭੱਗੂਪੁਰ, ਬਜਿੱਤਰ ਸਿੰਘ ਜੀ ਸਾਧੋ, ਗੁਲਜ਼ਾਰ ਸਿੰਘ ਜੀ ਸਾਧੋ, ਦਾਨ ਸਿੰਘ ਜੀ ਪ੍ਰਧਾਨ ਸਾਧੋ, ਸੰਤ ਸਿੰਘ ਜੀ, ਗੁਲਾਬ ਸਿੰਘ ਜੀ, ਸਵਰਨ ਸਿੰਘ ਜੀ, ਗੁਰਪ੍ਰਤਾਪ ਸਿੰਘ ਜੀ, ਇਹ ਸਾਰੇ ਹੀ ਸ਼ਖਸੀਅਤਾਂ ਆਈਆਂ ਨੇ। ਸਰਦਾਰ ਸ਼ਿੰਦਾ ਸਿੰਘ ਜੀ ਮਲਕਾ ਸਾਹਿਬ ਆਏ ਨੇ, ਜਸਵੀਰ ਸਿੰਘ ਜੀ ਭੱਠੇ ਵਾਲੇ ਪਹੁੰਚੇ ਨੇ, ਮੋਹਨ ਸਿੰਘ ਜੀ ਸਰਪੰਚ ਜੌੜ ਸਿੰਘ ਵਾਲਾ ਆਏ ਨੇ, ਰਾਜ ਰਜਿੰਦਰ ਸਿੰਘ ਜੀ ਸਰਪੰਚ ਸਾਡੇ ਸਵਰਾ ਨਗਰ ਦਾ ਮਾਨ, ਉਹ ਵੀ ਪਹੁੰਚੇ ਨੇ। ਮੇਰੇ ਸਤਿਕਾਰਯੋਗ ਬਾਪੂ ਜੀ ਸਰਦਾਰ ਮਹਿੰਦਰ ਸਿੰਘ ਜੀ ਸੈਕਟਰੀ ਸਾਹਿਬ ਸੁਬਰਾ ਨਗਰ ਉਹ ਵੀ ਆਏ ਨੇ, ਚਾਚਾ ਜੀ ਸਰਦਾਰ ਕਰਮ ਸਿੰਘ ਜੀ ਮੈਂਬਰ ਪੰਚਾਇਤ ਉਹ ਵੀ ਆਏ ਨੇ, ਬਾਪੂ ਪਿਆਰਾ ਸਿੰਘ ਜੀ ਪੂਰਾ ਸਾਹਿਬ ਆਏ ਨੇ, ਨਿਰੰਜਨ ਸਿੰਘ ਜੀ ਨੰਬਰਦਾਰ ਸਾਹਿਬ ਉਹ ਆਏ ਨੇ, ਬਾਪੂ ਬਹਾਲ ਸਿੰਘ ਜੀ ਖੋਜੀ ਸਾਹਿਬ ਉਹ ਸੁਬਰਾ ਨਗਰ ਦਾ ਮਾਨ ਹੈ, ਉਹ ਵੀ ਬੈਠੇ ਨੇ, ਸੰਤੋਖ ਸਿੰਘ ਜੀ ਆਦਿ ਸਾਹਿਬ ਆਏ ਨੇ, ਤਰਲੋਕ ਸਿੰਘ ਸੰਘਵਾਂ, ਅਮਰ ਸਿੰਘ ਚੂਸਲੇਵਾੜ, ਹੋਰ ਸਰਦਾਰ ਛਤਰਪਾਲ ਸਿੰਘ ਜੀ ਚੇਅਰਮੈਨ ਸਾਹਿਬ ਸਾਹਮਣੇ ਬੈਠੇ ਨੇ, ਸਰਦਾਰ ਕਵਲਜੀਤ ਸਿੰਘ ਜੀ ਐਮਸੀ ਪੱਟੀ ਆਏ ਨੇ, ਮਾਸਟਰ ਸਕੱਤਰ ਸਿੰਘ ਜੀ ਭੱਗੂਪੁਰ ਆਏ ਨੇ, ਸਰਦਾਰ ਬਲਰਾਜ ਸਿੰਘ ਜੀ ਭੱਗੂਪੁਰ, ਮੈਡਮ ਮਹਿੰਦਰ ਕੌਰ ਸਕੂਲ ਸੇਵਾਵਾਂ ਉਹ ਵੀ ਪਹੁੰਚੇ ਨੇ, ਸਰਦਾਰ ਗੁਰਦੀਪ ਸਿੰਘ ਜੀ ਧਾਲੀਵਾਲ ਚੇਅਰਮੈਨ ਸਾਹਿਬ, ਜਿਨ੍ਹਾਂ ਨੇ ਬੜਾ ਸੰਯੋਗ ਦੇ ਕੇ ਮੰਤਰੀ ਸਾਹਿਬ ਦੇ ਨਾਲ, ਉਹ ਹੁਣ ਵੀ ਔਰ ਜਦੋਂ ਵੀ ਲੋੜ ਪੈਂਦੀ ਉਦੋਂ ਨਾਲ ਨਾਲ ਵਿਚਰਦੇ ਨੇ, ਉਹ ਵੀ ਬੈਠੇ ਨੇ। ਬੜੀ ਨਾਮੀ ਸ਼ਖਸੀਅਤ ਹੈ ਉਹਨਾਂ ਵੱਲੋਂ, ਉਹ ਵੀ ਇੱਥੇ ਅੰਤਮ ਅਰਦਾਸ ਵਿੱਚ ਹਾਜ਼ਰੀ ਲਾਉਣ ਵਾਸਤੇ ਆਏ ਨੇ। ਮੈਂ ਜਿਉਂ ਆਇਆ ਆਖਦਾ ਹਾਂ, ਸਰਦਾਰ ਖੁਸ਼ਵਿੰਦਰ ਸਿੰਘ ਜੀ ਭਾਟੀਆ ਸਾਹਿਬ ਮੇਰੇ ਆਦਰਣੀਏ ਬੈਠੇ ਨੇ, ਸਰਦਾਰ ਸੁਰਿੰਦਰ ਸਿੰਘ ਜੀ ਬਰਵਾਲਾ ਸਰਪੰਚ ਸਾਹਿਬ ਬੈਠੇ ਨੇ, ਸਰਜੀਤ ਸਿੰਘ ਜੀ ਸਰਪੰਚ ਸਾਹਿਬ ਸ਼ਾਹ ਸਾਹਿਬ ਸੁਬਰਾ ਬੈਠੇ ਨੇ,
जोगिंदर सिंह जी पट्टी प्रधान साहब वो बैठे ने, गुरचरण सिंह जी चन्न साहब, ये सारिया नामी शख्सियत आई ने। जिमें बाबा लखविंदर सिंह जी कह रहे थे, सरदार ठाकर सिंह जी शाह साहब, सरदार वरियाम सिंह जी सरपंच साहब, चेयरमैन साहब सामने बैठे, इन्हों की एक टीम है, बापू दर्शन सिंह साहब जी, ये सारी एक टीम सी विचर के सेवा करती रही। आओ हुण मैं बहुता लंबा समा नहीं लवांगा, मंत्री साहब होना ने छेती फिर अगे भी जाना है, तो होर भी शख्सियत, सरदार शिंगार सिंह जी सुबरा साहब, ओ सरदार सरजीत सिंह जी बब्बी सरपंच साहब मेरे सत्कार, ओ बाबू बहाल सिंह जी खोजी, असल में मैं सारे ना दिलबाग सिंह जी लै चुका हाँ, ये नामी शख्सियत अपने को पहुंचिया ने। आओ मैं वीर हूँ बेनती करांगा, लंबा समा नहीं, केवल दो दो मिनट की श्रद्धांजलि है, तो आप थोड़े ही नुमाइंदे वेखो, बुलारे तो बहुत ने, तुम सारे ही प्यार करके आए हो, तो सारे ही नामी शख्सियत पहुंचे हो, पर आप दो चार सिंह बुलाना है, इस करके ये मेरी बेनती प्रवान कर जी। मैं बेनती करांगा मास्टर साहब न, ओ सरदार कुलवंत सिंह जी, मास्टर साहब बल्लू नंगल वाले ओ स्टेज के लागे आ जान, पिता जी ज्ञानी हरभजन सिंह जी सुबरा ओ स्टेज के लागे आ जान, सिकंदर सिंह जी ज्योति शाह ओ स्टेज के लागे आ जान, फिर उन्होंने तो बाद महान शख्सियत जथेदार सरदार खुशविंदर सिंह जी भाटिया साहब वह भी बैठे ने, सरदार गुरमुख सिंह जी बलेर साहब वह भी बैठे ने। मैं बेनती करांगा मास्टर साहब सरदार कुलवंत सिंह जी, उन्होंने बाबा निहाल सिंह जी उन्होंने थोड़ी जी ये मैं बेनती करांगा कि आप जी कृपा करके थोड़ा समा बाबा जी जारे दस्तारबंदी वो जी महापुरखों वालों गुरुद्वारा साहब वालों आए आ वो दे रहे हैं, बहुत उन्होंने धन्यवाद है, सतगुरु जी कृपा करना। श्री अकाल, परम सम्मान योग धन धन श्री गुरु ग्रंथ साहब जी महाराज जी की पावन पवित्र हजूरी अंदर आप बड़ी प्यारी शख्सियत सरदार दर्शन सिंह जी के अंतम अरदास शामिल होने वास्ते गुरु महाराज की हजूरी में आए हैं। माण वाली गल कही जा रही है, मैनू भी बड़ा माण है कि साढ़े इस इलाके की बहुत ही माण सत्कार और बड़ा प्यार रखने वाले साडे पूर्व मंत्री पंजाब सरकार सरदार आदेश प्रताप सिंह जी कहरों वो भी बैठे ने। गुरु प्यारियों कुदरती तौर पर है भाई साहब ने दास का नाम ले लिया, पहला बाबा जी ने दस्तार दिती है, मेरा पिंड मल्लू नंगल है जिथे सरदार दर्शन सिंह जी होने व्याहे हुए सर, साड़ी उस भैन पालिया जो जवानी में आए तो यह गल सामने आई कि हूँ पुत्र वाला भी सोचता भी यदा विह करिए, धी वाला भी कहता आप को वर लभीए, वर लभना शुरू किया, तो लभद्या लभद्या ए शख्सियत साढ़े सामने आई सरदार दर्शन सिंह। असी आप जी नूं अज भावें वह शख्सियतों विच नहीं होणगियां जिस तरह सरदार दर्शन सिंह साढ़े कोल नहीं रहे, असी मल्लू नंगल तो एक साहे चिट्ठी लिखी भी आओ प्यारे हो इन्हां दी बरात लैके साढ़े पिंड आओ, और बड़े माण दे नाल ये बरात गई, ये नाता जुड़िया, इस नाते दे नाल की कुछ बनिया जी, जिहड़ियां साडियां रिश्तेदारियां सी वो इस नगर दियां तुहाडियां तुहाडे प्यार दियां रिश्तेदारियां बन गईयां, जिहड़ियां तुहाडियां सी वो साडियां बन गईयां, बड़ा वाधा हो गया, गुरु की कृपा हुई परिवार अगे चलिया, पुत्र आए धियां आईया, उदू गाड़ी फिर होर दोतरे पोतरे और ये शख्सियत जिदी इन्नी सलाह तो ही अदास सुन रहा सी, कमाल की गल है, तो मेरे मन में एक आ रही सी गल भी ज्यों तो रिश्ता नाता बनया ना कैरों परिवार के नाल जुड़े हुए आ रहे हैं, कैरों परिवार नाल जिथे वह खड़े ने उथे ही ये खड़े ने, जारी जट की तूत का मोछा ये वो ने जिहड़ा झौंदा नहीं जिहड़ा इसे पासे नहीं जांदा, कोई किधर भज्जा फिरदा है भज्जा फिरदा है नहीं प्यारे हो, एक घड़ी दे ढक्कण बन के रहिए कीमत पैंदी है, ते जे आपां अपना आप जलूस कढ़ी फिरीए ते फिर कोई नहीं जे पुछदा, सरदार दर्शन सिंह ने अपने जीवन में जो कमाई की है वो अपने सामने इशारा हो चुका है, तो मैं एक गल कह के खत्म करांगा कि पोतरियां दा दादा दोतरियां दा नाना इस तरह साडी भैन प्रकाश कौर जिन्हों असीं प्यार नाल पाशो कह दिंदे सां, वह भी नानी दादी भूआ मासी
ताई चाची बड़े रिश्ते निभा के इस तरह इन्होंने निभाए। यह समाज की एक रचना है। अज परमेश्वर का हुक्म होया वह अपनी किरत करदिया अपना समाज का भला करदिया अपनी पार्टी के नाल निभदिया अपने जीवन के सुवासियां की पूंजी मिली सी वह हंडा के चले गए ने। असीं उन्हां नूं याद करते रहे हैं और लंबा समा याद करांगे। ये उन्हां दा परिवार ये साडे वीर जी जिहड़े रिश्तेदार जी भावें साडे भांजे लगते हैं पर फिर भी मैं समझदा भी ये उन्हां दे नक्शे कदमां ते चलण। इको एक गल की प्रेरणा मिलती है कि भाई जिस तरह भाजी कीर्तन वाले कह रहे सन कि उत्थे पाकिस्तान दे विच किवें इन्हां दे पिता जी मुगलां नाल लड़े किवें इन्हां ने अपने परिवार की रक्षा की। ਇਹ ਪਰਿਵਾਰ ਦੇ ਇੱਕ ਗੁਣ ਨੇ ਜਿਹੜੇ ਇਹਨਾਂ ਵਿੱਚ ਆਏ ਅਤੇ ਮੈਂ ਬੇਨਤੀ ਕਰੂੰਗਾ ਸਾਰੀ ਸੰਗਤ ਬੈਠੇ ਹਾਂ ਆਪਣੇ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਔਰ ਉਹਨਾਂ ਦੇ ਆਖੇ ਲੱਗਣਾ ਬਹੁਤ ਜ਼ਰੂਰੀ ਜੇ। ਇਹ ਮੁੜ ਕੇ ਸਮਾਂ ਨਹੀਂ ਜੇ ਮਿਲਣਾ। ਅੱਜ ਅਸੀਂ ਰੋ ਵੀ ਰਹੇ ਹਾਂ ਗੱਲਾਂ ਵੀ ਕਰ ਰਹੇ ਹਾਂ। ਇਹ ਸਰਦਾਰ ਦਰਸ਼ਨ ਸਿੰਘ ਨੇ ਸਾਡੇ ਕੋਲ ਮੁੜ ਕੇ ਨਹੀਂ ਆਉਣਾ। ਮੈਂ ਉਹ ਸ਼ਖਸੀਅਤਾਂ ਵੇਖੀਆਂ ਮਾਵਾਂ ਦੁੱਧ ਦੇ ਕੇ ਪੁੱਤ ਪਾਲਦੀਆਂ ਮਾਵਾਂ ਪਾਣੀ ਨੂੰ ਤਰਸਦੀਆਂ ਮਰ ਜਾਂਦੀਆਂ ਕੋਈ ਪਾਣੀ ਜੇ ਪਿਆਲਦਾ। ਮਾਂ ਬਾਪ ਦੀ ਸੇਵਾ 'ਚ ਹਾਜ਼ਰ ਰਹੀਏ ਇਹ ਸ਼ਖਸੀਅਤ ਤੋਂ ਸਾਨੂੰ ਇਹ ਗੁਣ ਮਿਲਦਾ ਔਰ ਬਹੁਤ ਸਾਰੀਆਂ ਐਸੇ ਗੁਣ ਨੇ ਜੋ ਇਹ ਸ਼ਖਸੀਅਤ ਵਿੱਚ ਸਨ ਉਹ ਆਪਾਂ ਧਾਰਨ ਕਰਨੇ ਹੈ ਕਿਉਂਕਿ ਸਾਡੇ ਵਾਸਤੇ ਗਾਈਡਲਾਈਨ ਹੈ। ਸਰਦਾਰ ਕੈਰੋਂ ਸਾਹਿਬ ਜੀ ਬੈਠੇ ਨੇ ਉਹਨਾਂ ਦੀ ਸਾਰੀ ਟੀਮ ਉਹਨਾਂ ਦੇ ਸਹਿਯੋਗੀ ਨਗਰ ਨਿਵਾਸੀ ਇਲਾਕੇ ਦੀ ਕਰੀਮ ਬੈਠੀ ਹੈ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹਾਂ ਔਰ ਕਰਦਾ ਕਿ ਵਾਹਿਗੁਰੂ ਨੇ ਜੋ ਇਹ ਬਣਤ ਬਣਾਈ ਉਸ ਬਣਤ ਨੂੰ ਆਪਾਂ ਲੰਬਾ ਸਮਾਂ ਨਿਭਾਈਏ। ਸਾਡੀ ਰਿਸ਼ਤੇਦਾਰੀ ਲੋਕ ਕਹਿ ਦਿੰਦੇ ਨੇ ਵੀ ਇਹਦੇ ਨਾਲ ਸੀ, ਨਹੀਂ ਸਾਡੀ ਇਹਨਾਂ ਨਾਲ ਵੀ ਰਿਸ਼ਤੇਦਾਰੀ ਹੈ, ਸਾਡੀ ਪਰਿਵਾਰ ਨਾਲ ਰਿਸ਼ਤੇਦਾਰੀ ਹੈ। ਜਦੋਂ ਵੀ ਸਾਨੂੰ ਆਵਾਜ਼ ਮਾਰਨਗੇ ਅਸੀਂ ਹਾਜ਼ਰ ਹੋਵਾਂਗੇ ਔਰ ਇਹੀ ਬੇਨਤੀ ਇਹਨਾਂ ਨੂੰ ਕਰਦੇ ਹਾਂ ਵੀ ਜੇ ਸਾਨੂੰ ਕੋਈ ਦੁੱਖ ਸੁੱਖ ਆਵੇ ਤੁਸੀਂ ਵੀ ਭੱਜ ਕੇ ਸਾਡੇ ਕੋਲ ਆਓ, ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋ ਕਿਉਂਕਿ ਜ਼ਿੰਦਗੀ ਵਿੱਚ ਮੇਲ ਮਿਲਾਪ ਹੀ ਇੱਕ ਐਸੀ ਚੀਜ਼ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਭੁੱਲਾ ਚੁੱਕਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਮਾਸਟਰ ਜੀ ਦਾ ਉਹਨਾਂ ਨੇ ਬਾਬੂ ਦਰਸ਼ਨ ਸਿੰਘ ਜੀ ਦੇ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਔਰ ਮਾਣਯੋਗ ਮੰਤਰੀ ਸਾਹਿਬ ਉਹਨਾਂ ਨਾਲ ਉਹਨਾਂ ਦੀ ਜੋ ਸਾਂਝ ਹੈ ਉਹਦੇ ਬਾਰੇ ਬਹੁਤ ਵਡਮੁੱਲੀਆਂ ਵਿਚਾਰਾਂ ਕੀਤੀਆਂ। ਮੈਂ ਬੇਨਤੀ ਕਰਾਂਗਾ ਬੁਲਾਰੇ ਵੀਰਾਂ ਨੂੰ ਕਿ ਆਪਾਂ ਬਹੁਤਾ ਲੰਮਾ ਸਮਾਂ ਨਹੀਂ, ਕੇਵਲ ਦੋ ਦੋ ਮਿੰਟ ਦੀ ਸ਼ਰਧਾਂਜਲੀ ਹੈ। ਸ਼ਰਧਾ ਦੇ ਫੁੱਲ ਵੇਖੋ, ਬੇਸ਼ ਕੀਮਤੀ ਸ਼ਬਦ ਦੋ ਚਾਰ ਹੀ ਉਹਨਾਂ ਦੀ ਸ਼ਾਨ ਵਿੱਚ ਬੜੇ ਨੇ ਅਤੇ ਮੈਂ ਹੁਣ ਬੇਨਤੀ ਕਰਾਂਗਾ ਪਿਤਾ ਜੀ ਗਿਆਨੀ ਹਰਭਜਨ ਸਿੰਘ ਜੀ ਸਵਰਾ ਉਹਨਾਂ ਨੂੰ ਉਹ ਇਸ ਪੰਚਾਇਤ ਬਾਰੇ ਇਹਨਾਂ ਦੀ ਸ਼ਖਸੀਅਤ ਬਾਰੇ ਇੱਕ ਦੋ ਮਿੰਟ ਵਾਸਤੇ ਦੱਸਣਗੇ। ਉਹਨਾਂ ਤੋਂ ਬਾਅਦ ਸਰਦਾਰ ਸਕੱਤਰ ਸਿੰਘ ਜੋਤੀ ਸ਼ਾਹ ਉਹ ਦੋ ਕੁ ਮਿੰਟ ਵਾਸਤੇ ਔਰ ਉਹਨਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਰਦਾਰ ਖੁਸ਼ਵਿੰਦਰ ਸਿੰਘ ਜੀ ਭਾਟੀਆ ਸਾਹਿਬ ਉਹ ਚੰਦ ਸ਼ਬਦ ਉਹਨਾਂ ਦੀ ਸ਼ਾਨ ਵਿੱਚ ਉਹਨਾਂ ਦੇ ਬਾਰੇ ਉਹ ਕਹਿਣਗੇ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਨਮਾਨਯੋਗ ਗੁਰੂ ਪਿਆਰੇ ਗੁਰੂ ਖਾਲਸਾ ਜੀ, ਚਵਰ ਤਖ਼ਤ ਸਿੰਘਾਸਨ ਦੇ ਮਾਲਕ ਸਾਹਿਬ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਬੈਠੇ ਗੁਰੂ ਖਾਲਸਾ ਜੀ ਅਤੇ ਪੂਰੇ ਪੰਜਾਬ ਦੀ ਜੇ ਸਰਕਾਰ ਕਹਿ ਲਈਏ ਕਸਣੀ ਗੱਲ ਨਹੀਂ, ਉਹਨਾਂ ਬਜ਼ੁਰਗਾਂ ਦੀ ਅੰਤਮ ਅਰਦਾਸ ਵੀ ਸ਼ਾਮਿਲ ਹੋਏ ਹੋ ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਬਚਪਨ ਤੋਂ ਬੁਢੇਪੇ ਤੱਕ ਵੇਖਿਆ, ਮੈਂ ਆਪਣੇ ਬੁਢੇਪੇ ਤੱਕ। ਇਹ ਸਵਰਾਜ ਨਗਰ ਦੀ ਪੰਚਾਇਤ ਐਸੀ ਨਿਗਰ ਪੰਚਾਇਤ ਨਾ ਦੁਨੀਆਂ ਦੇ ਕੋਈ ਅੱਗੇ ਹੈ ਅਤੇ ਨਾ ਇਸ ਤੋਂ ਅੱਗੇ ਹੋਵੇਗੀ। ਮੇਰੇ ਕਹਿਣ ਤੋਂ ਮੁਰਾਦ ਚੇਅਰਮੈਨ ਸਾਹਿਬ ਅਜੀਤ ਸਿੰਘ ਜੀ, ਸਰਦਾਰ ਠਾਕਰ ਸਿੰਘ ਜੀ ਸ਼ਾਹ ਸਾਹਿਬ ਅੱਗੇ ਨਾਂ ਲੈ ਗਏ ਨੇ। ਇਸੇ ਤਰ੍ਹਾਂ ਹੀ ਆਪਣਾ ਜਥੇਦਾਰ ਸੂਰਤਾ ਸਿੰਘ ਚਮਈ ਸਾਹਿਬ ਜੀ ਨੂੰ ਕਹਿੰਦੇ ਸਾਂ, ਸਰਦਾਰ ਧੀਰਾ ਸਿੰਘ ਨੰਬਰਦਾਰ ਅਤੇ ਵਰਿਆਮ ਸਿੰਘ ਸਾਡੇ ਗੁਆਂਢੀ ਸਰਪੰਚ ਸਾਹਿਬ ਨੇ ਧੜਕ ਦਰਨੈਲ ਜਿਨ੍ਹਾਂ ਨੇ ਅੱਤਵਾਦ ਵਿੱਚ ਵੀ ਆਪਣੀ ਜਾਨ ਤਲੀ 'ਤੇ ਚੁਕਾ ਕੇ ਰੱਖੀ, ਉਹਨਾਂ ਦੇ ਸਪੁੱਤਰ ਸਵਾਏ ਮਾਨ ਨੇ ਸਟੇਜ ਉੱਤੇ ਅੱਜ ਅਤੇ ਨਾਲ ਨਾਲ ਸਾਰੇ ਇਸ ਨਗਰ ਦੇ ਸਰਦਾਰ ਦਰਸ਼ਨ ਸਿੰਘ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਮਾਸਟਰ ਸਾਹਿਬ ਕਹਿ ਗਏ ਨੇ, ਸਰਦਾਰ ਬੂਟਾ ਸਿੰਘ, ਸਰਦਾਰ ਦਰਸ਼ਨ ਸਿੰਘ ਜਦੋਂ ਪੱਟੀ ਦੇ ਬਾਜ਼ਾਰ ਵਿੱਚ ਲੰਘਦੇ ਸੀ ਨਾ ਤਾਂ ਲੋਕ ਕਹਿੰਦੇ ਹੁੰਦੇ ਸਨ ਆਹ ਸੁਭਰਾਵਾਂ ਦੇ ਹੀਰਿਆਂ ਦੀ ਜੋੜੀ ਜਾਂਦੀ ਹੈ, ਲੰਮੇ ਕੱਦ, ਸੋਹਣਾ ਰੰਗ, ਕੁੰਡੀਆਂ ਮੁੱਛਾਂ ਅਤੇ ਧੂਵੀਆਂ ਚਾਦਰਾਂ ਹੁੰਦੀਆਂ ਸੀ। ਅੱਜ ਉਹਨਾਂ ਵਿੱਚੋਂ ਸਰਦਾਰ ਬੂਟਾ ਸਿੰਘ ਰਹਿ ਗਿਆ ਹੈ, ਸਰਦਾਰ ਦਰਸ਼ਨ ਸਿੰਘ ਅਲਵਿਦਾ ਕਹਿ ਗਿਆ ਸੰਸਾਰ ਨੂੰ, ਇੱਕ ਤਾਰੀਫਦਾਰ ਜੋੜੀ ਇਹਨਾਂ ਨੇ ਜਿੱਥੇ ਲੱਤ ਗੱਡੀ। ਮੈਂ ਸਰਦਾਰ ਪ੍ਰਤਾਪ ਸਿੰਘ ਦਾ ਭਾਸ਼ਣ ਬਚਪਨ ਵਿੱਚ ਕੈਰੋਂ ਸੁਣਿਆ ਗਾਂਧੀ ਗਰਾਊਂਡ ਵਿੱਚ ਅਤੇ ਸਾਡੇ ਨਾਰੀਆ ਪਰਿਵਾਰ ਨਾਲ ਉਹਨਾਂ ਦਾ ਬੜਾ ਵੱਡਾ ਸੰਬੰਧ ਸੀ ਸਾਡੇ ਬਜ਼ੁਰਗਾਂ ਨਾਲ, ਪਰ ਐਸਾ ਪਲਟਾ ਖਾਧਾ ਨਸੀਬ ਨੇ ਅਸੀਂ ਉਹਨਾਂ ਦੇ ਨਾਲ ਮਿਲ ਨਾ ਸਕੇ। ਭਾਵੇਂ ਅਸੀਂ ਕਾਂਗਰਸੀ ਰਹੇ ਫਿਰ ਅਕਾਲੀ ਹੋਏ ਹੁਣ,
ਇਹ ਕਾਕਾ ਮੈਂ ਇਹਨਾਂ ਮੰਤਰੀ ਸਾਹਿਬ ਦੀ ਮਿਹਨਤ ਕਰਕੇ ਸ਼੍ਰੋਮਣੀ ਕਮੇਟੀ ਵਿੱਚ ਲਵਾਇਆ ਹੈ। ਰੋਟੀ ਮਿਲੀ ਹੈ ਗਰੀਬਾਂ ਦੇ ਮਸੀਹ ਨੇ ਜਿਹੜੇ ਸਟੇਜ 'ਤੇ ਸਵਾਇਮਾਨ ਹੈ। ਪਿਓ ਦਾਦੇ ਤੋਂ ਤੁਰੇ ਆ ਰਹੇ ਸਰਦਾਰ ਦਰਸ਼ਨ ਸਿੰਘ ਹੋਰੀ ਅੱਜ ਉਹ ਕੈਰੋਂ ਸਾਹਿਬ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਨੇ। ਇਸ ਤੋਂ ਵੱਡੀ ਚੰਗਿਆਈ ਕੀ ਹੋ ਸਕਦੀ ਹੈ ਅਤੇ ਚੰਗਾ ਕੀ ਮਿਲ ਸਕਦਾ ਸਬੂਤ। ਸਾਰੇ ਪਿੰਡ ਦੀ ਅੱਜ ਵੀ ਸਭਰਾ ਦੀ ਸਾਰੀ ਪੰਚਾਇਤ ਪਾਰਟੀ ਨਾਲ ਸੰਬੰਧ ਨਹੀਂ, ਸਾਰੀ ਇੱਕ ਜਗ੍ਹਾ 'ਤੇ ਬੈਠੀ ਹੈ, ਇਕੱਠੇ ਹੋ ਕੇ ਆਏ ਨੇ ਉਸ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ। ਇੰਨੀਆਂ ਗੱਲਾਂ ਕਹਿ ਕੇ ਸਮਾਪਤੀ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਗਿਆਨੀ ਜੀ ਨੇ ਚੋਣਵੇਂ ਸ਼ਬਦ ਸਤਿਕਾਰਯੋਗ ਬਾਪੂ ਦਰਸ਼ਨ ਸਿੰਘ ਔਰ ਸਮੁੱਚੀ ਪੰਚਾਇਤ ਉਹਨਾਂ ਦੀ ਸ਼ਾਨ ਵਿੱਚ ਕਹੇ ਨੇ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸਕੱਤਰ ਸਿੰਘ ਜੋਤੀ ਸ਼ਾਹ ਉਹਨਾਂ ਨੂੰ, ਉਹ ਚੰਦ ਸ਼ਬਦ ਵਾਸਤੇ ਥੋੜ੍ਹੇ ਸਮੇਂ ਵਾਸਤੇ ਹਾਜ਼ਰ ਹੋ ਰਹੇ ਨੇ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਤੇ ਉੱਠ ਜਾਏ। ਦੇ ਮਾਂ ਵਾਕ ਅਨੁਸਾਰ ਸਰਦਾਰ ਦਰਸ਼ਨ ਸਿੰਘ ਜੀ ਅੱਜ ਤੋਂ 10 ਦਿਨ ਪਹਿਲਾਂ ਸਾਨਾਂ ਨੂੰ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜੁਗੋ ਜੋਗੋ ਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਧੰਨਿਆ ਕਮਾਣਦੇ ਹੋਏ ਸਾਡੇ ਮੰਤਰੀ ਸਾਹਿਬ ਸਰਦਾਰ ਆਦੇਸ਼ ਪਤਾਲ ਜੀ ਕੈਰੋਂ, ਉਹਨਾਂ ਦੀ ਸਾਰੀ ਟੀਮ, ਮੈਂ ਨਾਂ ਲੈਣ ਲੱਗਾ, ਮੇਰੇ ਤੋਂ ਪਹਿਲਾਂ ਨਾਂ ਲੈ ਲਿਆ, ਮੈਂ ਸਾਰੇ ਪਤਵੰਤਿਆਂ ਨਾਲ ਔਰ ਰਿਸ਼ਤੇਦਾਰ ਸਾਰੇ ਭੈਣ ਭਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਤਾਂ ਬਹੁਤ ਜ਼ਿਆਦਾ ਕਰਨ ਵਾਲੀਆਂ ਨੇ, ਕਿਉਂਕਿ ਇਹਨਾਂ ਦਾ ਜਿਹੜਾ ਜੀਵਨ ਆ ਸਰਦਾਰ ਦਰਸ਼ਨ ਸਿੰਘ ਦਾ, ਉਹ ਬਹੁਤ ਸੰਘਰਸ਼ਮਈ ਆ। ਮੈਂ ਦੋ ਪਾਰਟਾਂ 'ਚ ਵੰਡੂੰਗਾ, ਅੱਧਾ ਅੱਧਾ ਮਿੰਟ ਹੀ ਲਾਉਣਾ ਸਿਰਫ, ਕਿਉਂਕਿ ਪਹਿਲਾਂ ਜਿਵੇਂ ਬਾਬੇ ਜੀ ਹੋਣਾ ਦੱਸਿਆ ਸੀ ਵੀ ਬਾਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਪਿਤਾ ਦਾ ਸਾਇਆ ਜਿਹੜਾ ਉਹ ਸਿਰ ਤੋਂ ਉੱਠ ਗਿਆ, ਫਿਰ ਇੱਧਰ ਆਏ ਚਾਚੇ ਤਾਇਆਂ ਦੇ ਨਾਂ ਰਲ ਕੇ ਅਤੇ ਇਹਨਾਂ ਬਹੁਤ ਤਰੱਕੀ ਕੀਤੀ। ਦੂਜੇ ਨੰਬਰ 'ਤੇ ਨਾਲ ਦੀ ਨਾਲ ਹੀ ਸਿਆਸੀ ਵੀ, ਸਿਆਸ ਦੇ ਵਿੱਚ ਇਹਨਾਂ ਦੇ ਪੜਦਾਦਾ ਹੀ ਲੱਗਦੇ ਸਨ, ਸਰਦਾਰ ਚਰਨ ਸਿੰਘ ਜੀ ਜਿਨ੍ਹਾਂ ਦਾ, ਸਰਦਾਰ ਹਰਦੀਪ ਸਿੰਘ ਸੇਖੋਂ ਪੱਟੀ, ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਪੱਗ ਵੱਟੀ ਵਾਲਾ ਹਿਸਾਬ ਸੀਗਾ, ਔਰ ਇਹਨਾਂ ਨੇ ਉਹਨਾਂ ਦੀ ਉਂਗਲ ਫੜੀ ਅਤੇ ਸਿਆਸਤ ਵਿੱਚ ਆਏ। ਉਹ ਬਜ਼ੁਰਗ ਸਨ, ਕੋਈ ਸਮਾਂ ਪਾ ਕੇ ਉਹ ਰੱਬ ਨੂੰ ਪਿਆਰੇ ਹੋ ਗਏ। ਸਰਦਾਰ ਦਰਸ਼ਨ ਸਿੰਘ ਨੇ ਉਹ ਸਿਆਸਤ ਨਹੀਂ ਛੱਡੀ। ਅੰਤ 1978 ਦੇ ਵਿੱਚ ਅਸਾਂ ਸਾਰਿਆਂ ਸੋਚਿਆ ਵੀ ਭਾਊ ਦਰਸ਼ਨ ਸਿੰਘ ਤੂੰ ਰੋਜ਼ ਇਹਨਾਂ ਨਾਲ ਤੁਰਿਆ ਦਾ ਫਿਰਦਾ, ਪਰੇ ਬਜੈਦਾ ਜਾਣਾ, ਪਰ ਕੋਈ ਆਪਾਂ ਵੀ ਕੋਈ ਮੈਂਬਰ ਖਿਲਾਰ ਲਈਏ ਜੋਤੀ ਸ਼ਾਹ ਦੇ ਵਿੱਚੋਂ, ਕਿਉਂਕਿ ਆਪਣਾ 14-15 ਹਿੱਸਾ ਵਾ ਅਤੇ ਆਹਦਾ ਚਲੋ ਵੇਖ ਲਓ ਜਿਵੇਂ ਵੀ ਆ। ਅਸੀਂ ਸਾਰੇ ਜੋਤੀ ਸ਼ਾਹ ਨੇ ਪੂਰੀ ਹਿੰਮਤ ਮਾਰ ਕੇ ਸਾਲ 78 ਦੇ ਵਿੱਚ ਇਹਨਾਂ ਨੂੰ ਮੈਂਬਰ ਪੰਚਾਇਤ ਬਣਾਇਆ। ਉਹਨਾਂ ਸਰਦਾਰ ਬੂਟਾ ਸਿੰਘ ਜਿੱਤੇ, ਉਹ ਇੱਕ ਇਤਿਹਾਸ ਨੇ ਉਦੋਂ ਇੱਕ ਵੱਡਾ ਮੋੜ ਲਿਆ ਜਿਹਦੇ 'ਚ ਇਹ ਦੋਵੇਂ ਹੀਰੋ ਵਰ ਕੇ ਬਾਹਰ ਨਿਕਲੇ ਅਤੇ ਸਰਪੰਚੀ ਇਹਨਾਂ ਦੇ ਹੱਥ 'ਚ ਆ ਗਈ। ਉਹਦੇ ਬਾਅਦ ਸੰਨ 1992-93 ਦਾ ਹੀ ਜਿਵੇਂ ਕਿਸੇ ਕਰਮ ਬੰਦੇ ਦੇ ਕਰਮਾਂ 'ਚ ਹੁੰਦੀ ਆ, 83 ਇਲੈਕਸ਼ਨ ਹੋਈ, ਫਿਰ ਮੈਂਬਰ ਬਣ ਗਏ, ਫਿਰ ਸਰਪੰਚ ਬਣ ਗਏ ਉਸੇ ਤਰ੍ਹਾਂ ਹੀ, ਅਤੇ 13 ਸਾਲ ਇਹਨਾਂ ਦੀ ਇਲੈਕਸ਼ਨ ਨਹੀਂ ਹੋਈ, 13 ਸਾਲ ਇਲੈਕਸ਼ਨ ਨਹੀਂ ਹੋਈ ਅੱਤਵਾਦ ਦੇ ਵਿੱਚ। ਤੋ ਇਹਨਾਂ ਨੇ ਇੰਨਾ ਚਿਰ ਸਮਾਂ ਨਿਭਾਇਆ, ਨਾਲ ਦੀ ਨਾਲ ਹੀ ਸਰਦਾਰ ਚਰਨ ਸਿੰਘ ਉਹਨਾਂ ਨੇ ਹੱਥ ਬੁਲਾਇਆ ਸੀ, ਨਾਲ ਇਹਨਾਂ ਨੇ ਮਰਹੂਮ ਸਰਦਾਰ ਸੁਰਿੰਦਰ ਸਿੰਘ ਜੀ ਕਹਿਰੋਂ ਉਹਨਾਂ ਨਾਲ ਵੀ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਪੈ ਗਿਆ, ਸਰਦਾਰ ਹਰਦੀਪ ਸਿੰਘ ਸਿੱਖ ਉਹਨਾਂ ਦਾ ਵੀ, ਔਰ ਇਹਨਾਂ ਨੇ ਤਕੜਿਆਂ ਹੋ ਕੇ ਨਾਲ ਸਿਆਸਤ ਵਿੱਚ ਆ ਕੇ ਬਾਅਦ ਦੇ ਵਿੱਚ ਮੈਨੂੰ ਚੇਤਾ ਚੰਗੀ ਤਰ੍ਹਾਂ ਕਿ ਮਾਘੀ 1997 ਦੀ ਗੱਲ ਆ, ਉਦੋਂ ਸਰਦਾਰ ਹੋਣੀ ਇੱਧਰ ਸਿਆਸਤ ਵਿੱਚ ਆਏ ਸਨ, ਮੈਨੂੰ ਚੇਤਾ, ਉੱਥੇ ਮੈਂ ਵੀ ਬੋਲਿਆ ਸਾਂ, ਔਰ ਇਹਨਾਂ ਵੀ ਸਾਨੂੰ ਵਿਸ਼ਵਾਸ ਦਵਾਇਆ, ਦਰਸ਼ਨ ਸਿੰਘ ਨਾਲ ਖਲੋ ਕੇ ਕਿਹਾ ਵੀ ਇਹ ਸਾਰਾ ਪਿੰਡ ਆਦੇਸ਼ ਪ੍ਰਤਾਪ ਕਹਿਰੋਂ ਜੀ ਤੁਹਾਡੇ ਨਾਲ ਆ, ਔਰ ਉਦੋਂ ਤੋਂ ਲੈ ਕੇ ਪਹਿਲਾਂ ਵੀ ਸਾਂ ਅਕਾਲੀ ਦਲ ਨਾਲ, ਉਦੋਂ ਤੋਂ ਵੀ ਲੈ ਕੇ ਹੁਣ ਤਾਈਂ ਅੱਜ ਤੱਕ, ਅਤੇ ਗਾਂ ਵੀ ਅਸੀਂ ਇਹਨਾਂ ਦੇ ਪਹਿਰੇ ਦੇ ਵਿੱਚ ਹਾਂ, ਜਿਸ ਤਰ੍ਹਾਂ ਸਾਨੂੰ ਉਹ ਗਾਈਡ ਕਰਦੇ ਰਹੇ ਉਸੇ ਤਰ੍ਹਾਂ ਹੀ ਕੀਤਾ। ਬਾਕੀ ਪਰਿਵਾਰਕ ਲਾਈਫ ਵਿੱਚ ਬੜਾ ਉਹਨਾਂ ਸਟਰਗਲ ਕੀਤੀ, 3 ਬੱਚੇ ਨੇ, ਬੜੇ ਸੋਹਣੇ ਥਾਂ ਉੱਥੇ ਸੈੱਟ ਨੇ, ਔਰ ਪੂਰਾ ਆਪਣਾ ਕਾਰੋਬਾਰ ਜਿਹੜਾ ਉਹ ਕਰ ਰਹੇ ਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਸੰਪਤ ਸਾਹਾ ਲਿਖਿਆ, ਮਿਲਕਣ ਪਾਓ ਤੇਲ, ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਹਿਬ ਸੋ ਮੇਲ। ਸੋ ਅੰਤ ਵਿੱਚ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਹੇ ਸਤਿਗੁਰੂ, ਹੇ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਸ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਬਖਸ਼ੀ,
और इस परिवार नूं भाणा मलण दा बल बख्शी। वाहिगुरु जी का खालसा वाहिगुरु जी की फतेह। एक मैं बेनती करांगा गुरु की संगत नूं, मेरियां भैणां नूं, भैणो थोड़ा समा ही है, गुरु का लंगर भी तैयार है, गुरु के कड़ा प्रसादी देग भी वरताई जाएगी, अजे थोड़ा समा जान दिखे चल ना करो, थोड़ा समा होर बैठ के इन्हां महान